वड्डी खबर बॉम्बे तो आ रही है, दस दी है कि दिलीप कुमार हुण इस दुनिया ते नहीं रहे। और दिलीप कुमार दे करियर दी गल करिए ते बहुत लंबा करियर रहा, 98 साल दे दिलीप कुमार इस दुनिया ते नहीं रहे। और इत्थे भी दसना चाहुंदा है कि दिलीप कुमार जी दा असली नाम यूसुफ खान सी, लेकिन बॉम्बे आके उन्हां दा नाम दिलीप कुमार पै गया। उन्हां दी हर एक फिल्म दे विच अजिही ताजगी हुंदी सी, अजिही स्क्रिप्ट हुंदी सी, अजिही डायरेक्शन हुंदी सी कि एक मतलब जिहड़ी सफल फिल्म है ਉਹ ਮੰਨ ਕੇ ਹੀ ਦਲੀਪ ਕੁਮਾਰ ਫਿਲਮ ਕਰਿਆ ਕਰਦੇ ਸਨ। ਲੇਕਿਨ ਅੱਜ ਫਿਲਮੀ ਜਗ ਦੇ ਵਿੱਚ ਇਸ ਤਰ੍ਹਾਂ ਸੋਗ ਦੀ ਲਹਿਰ ਹੈ ਕਿ ਦਲੀਪ ਕੁਮਾਰ ਜਿਨ੍ਹਾਂ ਦੀ ਉਮਰ 98 ਸਾਲ ਦੀ ਸੀਗੀ ਔਰ ਪੂਰੀ ਦੁਨੀਆ ਦੇ ਵਿੱਚ ਇਸ ਸਮੇਂ ਸੋਗ ਦੀ ਲਹਿਰ ਹੈ। ਉਹਨਾਂ ਦੇ ਚਾਹੁਣ ਵਾਲੇ ਹਮੇਸ਼ਾ ਦਲੀਪ ਕੁਮਾਰ ਦੀ ਲੰਬੀ ਉਮਰ ਦੀਆਂ ਦੁਆਵਾਂ ਕਰਦੇ ਸਨ, ਲੇਕਿਨ ਅੱਜ 98 ਸਾਲ ਦੀ ਉਮਰ ਭੋਗ ਕੇ ਦਲੀਪ ਕੁਮਾਰ ਜੀ ਹਮੇਸ਼ਾ ਲਈ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ। ਦਲੀਪ ਕੁਮਾਰ ਦੇ ਕਰੀਅਰ ਦੀ ਗੱਲ ਕਰੀਏ ਤੇ 1947 ਦੀ ਵੰਡ ਤੋਂ ਬਾਅਦ ਕਿਤੇ ਨਾ ਕਿਤੇ ਇਹ ਬੰਬੇ ਆ ਕੇ ਸਟੇ ਹੋਏ ਇਹਨਾਂ ਦੇ ਮਾਤਾ ਪਿਤਾ, ਔਰ ਇਸ ਤੋਂ ਬਾਅਦ ਇਹਨਾਂ ਦਾ ਝੁਕਾਅ ਜਿਹੜਾ ਉਹ ਫਿਲਮਾਂ ਵੱਲ ਚਲਾ ਗਿਆ। ਲੇਕਿਨ ਬਹੁਤ ਹੀ ਜ਼ਮੀਨ ਦੇ ਨਾਲ ਜੁੜੇ ਹੋਏ ਕਲਾਕਾਰ ਸਨ, ਇੰਨੀ ਖੂਬਸੂਰਤ ਅਦਾਕਾਰੀ ਸੀ ਉਹਨਾਂ ਦੀ ਕਿ ਸੱਚਮੁੱਚ ਇੱਕ ਵਾਰ ਫਿਲਮ ਪਰਦੇ 'ਤੇ ਆਉਂਦੀ ਤਾਂ ਦਿਲ ਕਰਦਾ ਕਿ ਦਲੀਪ ਕੁਮਾਰ ਸਾਹਿਬ ਦੀ ਜ਼ਬਾਨ ਦੇ ਵਿੱਚੋਂ ਡਾਇਲੋਗ ਜੋ ਨਿਕਲ ਰਹੇ ਨੇ ਉਹ ਸੁਣਦੇ ਰਹੀਏ। ਲੇਕਿਨ ਬੜੀ ਵੱਡੀ ਖਬਰ ਹੈ ਕਿ 98 ਸਾਲ ਦੀ ਉਮਰ ਭੋਗ ਕੇ ਦਲੀਪ ਕੁਮਾਰ ਜੀ ਨੇ ਹਮੇਸ਼ਾ ਵਾਸਤੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਆਪ ਤੋਂ ਬਹੁਤ ਛੋਟੀ ਉਮਰ ਦੀ ਇਹਨਾਂ ਦੀ ਇੱਕ ਫਿਲਮ ਐਕਟਰੈਸ ਹੈ ਸਾਇਰਾ ਬਾਨੋ ਜੀ, ਔਰ ਸਾਇਰਾ ਬਾਨੋ ਜੀ ਦੇ ਨਾਲ ਦਲੀਪ ਕੁਮਾਰ ਜੀ ਦੀ ਸ਼ਾਦੀ ਹੋਈ ਸੀ, ਔਰ ਸਾਇਰਾ ਬਾਨੋ ਸਾਏ ਦੀ ਤਰ੍ਹਾਂ ਦਲੀਪ ਕੁਮਾਰ ਜੀ ਦੇ ਨਾਲ ਰਹਿੰਦੀ ਸੀ। ਲੇਕਿਨ ਅੱਜ ਸਾਇਰਾ ਬਾਨੋ ਵੀ ਇਕੱਲੀ ਰਹਿ ਗਈ ਹੈ, ਔਰ ਇੱਥੇ ਦੱਸ ਦਈਏ ਕਿ ਦਲੀਪ ਕੁਮਾਰ ਹਮੇਸ਼ਾ ਲਈ ਉਹਨਾਂ ਤੋਂ ਸਰੀਰਕ ਤੌਰ 'ਤੇ ਰੁਖਸਤ ਹੋ ਚੁੱਕੇ ਨੇ। ਔਰ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਦਲੀਪ ਕੁਮਾਰ ਇੱਕ ਅਜਿਹੇ ਕਲਾਕਾਰ ਸਨ ਜਿਨ੍ਹਾਂ ਦੀ ਜ਼ਬਾਨ 'ਚੋਂ ਨਿਕਲਿਆ ਇੱਕ ਇੱਕ ਡਾਇਲੋਗ ਜਿਹੜਾ ਹੈ ਉਹ ਸੱਚਾਈ ਸੀਗੀ, ਔਰ ਇੱਕ ਇੱਕ ਜਿਹੜਾ ਸੀਨ ਸੀਗਾ ਕ੍ਰੀਏਟ ਕੀਤਾ ਜਾਂਦਾ ਡਾਇਰੈਕਟਰ ਵੱਲੋਂ ਦਲੀਪ ਸਾਹਿਬ ਵੱਲੋਂ, ਉਹ ਮਤਲਬ ਆਪਣੇ ਆਪ ਵਿੱਚ ਜ਼ਿੰਦਗੀ ਦੀ ਅਸਲੀਅਤ ਨੂੰ ਬਿਆਨ ਕਰਦਾ ਸੀ। ਲੇਕਿਨ ਵੱਡੀ ਖਬਰ ਹੈ ਕਿ ਦਲੀਪ ਕੁਮਾਰ ਹੁਣ ਇਸ ਦੁਨੀਆ 'ਤੇ ਨਹੀਂ ਰਹੇ। ਬਿਊਰੋ ਰਿਪੋਰਟ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਜ, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ, ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਅਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ, ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ, ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਅਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 9478484087। ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478484087।